ਸਤਿ ਸ੍ਰੀ ਅਕਾਲ ਦੋਸਤੋ ਕੰਪੋਜ਼ਿਟ ਨਿਊਮੈਰੀਕਲ ਇੰਟੀਗ੍ਰੇਸ਼ਨ ਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਟਿਊਟੋਰੀਅਲ ਦੇ ਅਖੀਰ ਤੱਕ ਤੁਸੀਂ ਸਿੱਖੋਗੇ ਕਿ ਵੱਖ-ਵੱਖ ਕੰਪੋਜ਼ਿਟ ਨਿਊਮੈਰੀਕਲ ਇੰਟੀਗ੍ਰੇਸ਼ਨ ਐਲਗੋਰਿਦਮਸ ਲਈ ਸਾਈਲੈਬ ਕੋਡ ਕਿਵੇਂ ਬਣਾਉਂਦੇ ਹਨ ਇੰਟੀਗ੍ਰਲ ਨੂੰ ਬਰਾਬਰ ਅੰਤਰਾਲ ਵਿੱਚ ਕਿਵੇਂ ਵੰਡਿਆ ਜਾਂਦਾ ਹੈ ਹਰੇਕ ਅੰਤਰਾਲ ਤੇ ਐਲਗੋਰਿਦਮ ਨੂੰ ਕਿਵੇਂ ਲਾਗੂ ਕਰਦੇ ਹਨ ਅਤੇ ਇੰਟੀਗ੍ਰਲ ਦੀ ਕੰਪੋਜ਼ਿਟ ਵੈਲਿਊ ਦੀ ਗਿਣਤੀ ਕਿਵੇਂ ਕਰਦੇ ਹਨ ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ ਸਾਈਲੈਬ 5.3.3 ਵਰਜ਼ਨ ਦੇ ਨਾਲ ਉਬੰਟੂ 12.04 ਆਪਰੇਟਿੰਗ ਸਿਸਟਮ ਇਸ ਟਿਊਟੋਰੀਅਲ ਦਾ ਅਭਿਆਸ ਕਰਨ ਤੋਂ ਪਹਿਲਾਂ ਤੁਹਾਨੂੰ ਨਿਊਮੈਰੀਕਲ ਮੈਥਡਸ ਦੀ ਵਰਤੋਂ ਕਰਕੇ ਇੰਟੀਗ੍ਰੇਸ਼ਨ ਅਤੇ ਸਾਈਲੈਬ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਸਾਈਲੈਬ ਦੇ ਲਈ ਕਿਰਪਾ ਕਰਕੇ ਸਪੋਕਨ ਟਿਊਟੋਰੀਅਲ ਵੈਬਸਾਈਟ ਤੇ ਉਪਲਬਧ ਸੰਬੰਧਿਤ ਟਿਊਟੋਰੀਅਲਸ ਨੂੰ ਵੇਖੋ ਨਿਊਮੈਰੀਕਲ ਇੰਟੀਗ੍ਰੇਸ਼ਨ ਇੰਟੀਗ੍ਰਲ ਦੀ ਨਿਊਮੈਰੀਕਲ ਵੈਲਿਊ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ਇਸ ਬਾਰੇ ਪੜ੍ਹਦੇ ਹਾਂ ਇਸ ਦੀ ਉਸ ਸਮੇਂ ਵਰਤੋਂ ਹੁੰਦੀ ਹੈ ਜਦੋਂ ਐਗਜ਼ੈਕਟ ਮੈਥਮੈਟੀਕਲ ਇੰਟੀਗ੍ਰੇਸ਼ਨ ਉਪਲਬਧ ਨਹੀਂ ਹੁੰਦਾ ਹੈ ਇਹ ਇੰਟੀਗ੍ਰੈਂਡ ਦੀ ਵੈਲਿਊਜ਼ ਤੇ ਡੈਫੀਨਿਟ ਇੰਟੀਗ੍ਰਲ ਦਾ ਅੰਦਾਜ਼ਾ ਲਗਾਉਂਦਾ ਹੈ ਹੁਣ ਕੰਪੋਜ਼ਿਟ ट्रेपेजॉइडल रूल दी पढ़ाई करते हां ए रूल ट्रेपेजॉइडल रूल दा विस्तार है असी अंतराल ए कॉमा बी नु n बराबर अंतरालां विच वंड रहे हां फिर h इक्वल्स टू b माइनस a डिवाइडेड बाय n अंतरालां दी बराबर लंबाई है फिर कंपोजिट ट्रेपेजॉइडल रूल हेठा दित्ता गया है a तो b दे अंतराल विच फंक्शन f ऑफ x दा इंटीग्रल h गुणा x0 तो xn तक फंक्शन दी वैल्यूज दे जोड़ दे लगभग बराबर है हुन कंपोजिट ट्रेपेजॉइडल रूल दी वरतों करके एक उदाहरण नु हल करदे हां मान लो अंतरालां दी गिनती n इक्वल टू 10 है ਹੁਣ ਸਾਈਲੈਬ ਐਡੀਟਰ ਤੇ ਕੰਪੋਜ਼ਿਟ ਟ੍ਰੇਪੇਜ਼ੋਇਡਲ ਰੂਲ ਲਈ ਕੋਡ ਵੇਖਦੇ ਹਾਂ ਪਹਿਲਾਂ ਅਸੀਂ ਪੈਰਾਮੀਟਰਸ f a b n ਦੇ ਨਾਲ ਫੰਕਸ਼ਨ ਪਰਿਭਾਸ਼ਿਤ ਕਰਦੇ ਹਾਂ f ਉਹ ਫੰਕਸ਼ਨ ਨੂੰ ਦਿਖਾਉਂਦਾ ਹੈ ਜਿਸ ਨੂੰ ਅਸੀਂ ਹੱਲ ਕਰਨਾ ਹੈ a ਇੰਟੀਗ੍ਰਲ ਦੀ ਲੋਅਰ ਲਿਮਿਟ ਹੈ b ਇੰਟੀਗ੍ਰਲ ਦੀ ਅਪਰ ਲਿਮਿਟ ਹੈ ਅਤੇ n ਅੰਤਰਾਲਾਂ ਦੀ ਗਿਣਤੀ ਹੈ ਇਨ ਸਪੇਸ ਫੰਕਸ਼ਨ 0 ਅਤੇ 1 ਦੇ ਵਿੱਚ 10 ਬਰਾਬਰ ਅੰਤਰਾਲਾਂ ਨੂੰ ਬਣਾਉਣ ਵਿੱਚ ਵਰਤਿਆ ਜਾਂਦਾ ਹੈ ਅਸੀਂ ਇੰਟੀਗ੍ਰਲ ਦੀ ਵੈਲਿਊ ਨੂੰ ਜਾਣਦੇ ਹਾਂ ਅਤੇ ਇਸ ਨੂੰ i1 ਵਿੱਚ ਇਕੱਠਾ ਕਰਦੇ ਹਾਂ ਸਾਈਲੈਬ ਐਡੀਟਰ ਤੇ ਐਗਜ਼ੀਕਿਊਟ ਤੇ ਕਲਿੱਕ ਕਰੋ ਅਤੇ ਸੇਵ ਐਂਡ ਐਗਜ਼ੀਕਿਊਟ ਨੂੰ ਚੁਣੋ ਹੇਠਾਂ ਦਿੱਤਾ ਟਾਈਪ ਕਰਕੇ ਉਦਾਹਰਣ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ DEFF ਬ੍ਰੈਕਟ ਖੋਲੋ ਸਿੰਗਲ ਕੋਟ ਲਗਾਓ ਸਕੁਅਰ ਬ੍ਰੈਕਟ ਖੋਲੋ y ਸਕੁਅਰ ਬ੍ਰੈਕਟ ਬੰਦ ਕਰੋ ਇਸ ਇਕੁਅਲ ਟੂ f ਆਫ x ਕੋਟ ਬੰਦ ਕਰੋ ਕੋਮਾ ਕੋਟ ਖੋਲੋ y ਇਸ ਇਕੁਅਲ ਟੂ 1 y ਬ੍ਰੈਕਟ ਖੋਲੋ 2 ਐਸਟ੍ਰਿਸਕ x ਪਲੱਸ 1 ਬ੍ਰੈਕਟ ਬੰਦ ਕਰੋ ਕੋਟ ਬੰਦ ਕਰੋ ਬ੍ਰੈਕਟ ਬੰਦ ਕਰੋ ਐਂਟਰ ਦਬਾਓ टाइप करो trap underscore composite bracket खोलो f, 0, 1, 10 bracket बंद करो. Enter दबाओ. Console ते जवाब दिखाई दिंदा है. अग्गे असी composite Simpsons rule दी पढ़ाई करांगे. इस नियम विच असी अंतराल a, b नू बराबर लंबाई दे n is greater than 1 उप अंतरालां विच अलग करते हां. ਹਰੇਕ ਅੰਤਰਾਲ ਵਿੱਚ ਸਿੰਪਸਨਸ ਰੂਲ ਲਗਾਓ ਸਾਨੂੰ ਇੰਟੀਗ੍ਰਲ ਦੀ ਵੈਲਿਊ ਹੇਠਾ ਮਿਲਦੀ ਹੈ h by 3 multiply f 0 plus 4 multiply f 1 plus 2 multiply f 2 ਤੋਂ f n ਤੱਕ ਹੁਣ ਕੰਪੋਜ਼ਿਟ ਸਿੰਪਸਨਸ ਰੂਲ ਦੀ ਵਰਤੋਂ ਕਰਕੇ ਇੱਕ ਉਦਾਹਰਣ ਨੂੰ ਹੱਲ ਕਰਦੇ ਹਾਂ ਸਾਨੂੰ 1 ਤੋਂ 2 ਅੰਤਰਾਲ ਵਿੱਚ ਇੱਕ ਫੰਕਸ਼ਨ 1 by 1 plus x cube dx ਦਿੱਤਾ ਗਿਆ ਹੈ ਮੰਨ ਲਓ ਕਿ ਅੰਤਰਾਲਾਂ ਦੀ ਗਿਣਤੀ 20 ਹੈ ਹੁਣ ਕੰਪੋਜ਼ਿਟ ਸਿੰਪਸਨਸ ਰੂਲ ਲਈ ਕੋਡ ਵੇਖਦੇ ਹਾਂ ਪਹਿਲਾਂ ਅਸੀਂ ਪੈਰਾਮੀਟਰਸ f a b n ਦੇ ਨਾਲ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ f ਉਸ ਫੰਕਸ਼ਨ ਨੂੰ ਦਿਖਾਉਂਦਾ ਹੈ ਜਿਸ ਨੂੰ ਅਸੀਂ ਹੱਲ ਕਰਨਾ ਹੈ a ਇੰਟੀਗ੍ਰਲ ਦੀ ਲੋਅਰ ਲਿਮਿਟ ਹੈ b ਇੰਟੀਗ੍ਰਲ ਦੀ ਅਪਰ ਲਿਮਿਟ ਅਤੇ n ਅੰਤਰਾਲਾਂ ਦੀ ਗਿਣਤੀ ਹੈ
ਅਸੀਂ ਪੁਆਇੰਟਸ ਦੇ ਦੋ ਸੈੱਟਾਂ ਨੂੰ ਜਾਣਦੇ ਹਾਂ ਅਸੀਂ ਇੱਕ ਸੈੱਟ ਦੇ ਨਾਲ ਫੰਕਸ਼ਨ ਦੀ ਵੈਲਿਊ ਨੂੰ ਜਾਣਦੇ ਹਾਂ ਅਤੇ ਇਸ ਨੂੰ 2 ਨਾਲ ਗੁਣਾ ਕਰਦੇ ਹਾਂ ਹੋਰ ਸੈੱਟ ਦੇ ਨਾਲ ਇਸ ਦੀ ਵੈਲਿਊ ਨੂੰ ਜਾਣਦੇ ਹਾਂ ਅਤੇ ਇਸ ਨੂੰ 4 ਨਾਲ ਗੁਣਾ ਕਰਦੇ ਹਾਂ ਇਸ ਵੈਲਿਊਜ਼ ਨੂੰ ਅਸੀਂ ਜੋੜਦੇ ਹਾਂ ਅਤੇ ਇਸ ਨੂੰ h / 3 ਨਾਲ ਗੁਣਾ ਕਰਦੇ ਹਾਂ ਅਤੇ ਫਾਈਨਲ ਵੈਲਿਊ ਨੂੰ i ਵਿੱਚ ਇਕੱਠਾ ਕਰਦੇ ਹਾਂ ਹੁਣ ਕੋਡ ਨੂੰ ਚਲਾਉਂਦੇ ਹਾਂ ਫਾਈਲ simp_composite.sci ਨੂੰ ਸੇਵ ਅਤੇ ਐਗਜ਼ੀਕਿਊਟ ਕਰੋ ਪਹਿਲਾਂ ਅਸੀਂ ਸਕਰੀਨ ਨੂੰ ਕਲੀਅਰ ਕਰਦੇ ਹਾਂ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਉਦਾਹਰਣ ਵਿੱਚ ਦਿੱਤੇ ਗਏ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ def ਬ੍ਰੈਕਟ ਖੋਲੋ ਸਿੰਗਲ ਕੋਟ ਖੋਲੋ ਸਕੁਆਇਰ ਬ੍ਰੈਕਟ ਖੋਲੋ y ਸਕੁਆਇਰ ਬ੍ਰੈਕਟ ਬੰਦ ਕਰੋ ਇਸ ਇਕੁਅਲ ਟੂ f ਆਫ x ਕੋਟ ਬੰਦ ਕਰੋ ਕੋਮਾ ਕੋਟ ਖੋਲੋ y ਇਸ ਇਕੁਅਲ ਟੂ 1 ਡਿਵਾਈਡਡ ਬਾਈ ਬ੍ਰੈਕਟ ਖੋਲੋ 1 ਪਲੱਸ x ਕਿਊਬ ਬ੍ਰੈਕਟ ਬੰਦ ਕਰੋ ਕੋਟ ਬੰਦ ਕਰੋ ਬ੍ਰੈਕਟ ਬੰਦ ਕਰੋ ਐਂਟਰ ਦਬਾਓ ਟਾਈਪ ਕਰੋ simp_composite ਬ੍ਰੈਕਟ ਖੋਲੋ f, 1, 2, 20 ਬ੍ਰੈਕਟ ਬੰਦ ਕਰੋ ਐਂਟਰ ਦਬਾਓ ਕੰਸੋਲ ਤੇ ਜਵਾਬ ਦਿਖਾਈ ਦਿੰਦਾ ਹੈ ਹੁਣ ਕੰਪੋਜ਼ਿਟ ਮਿਡਪੁਆਇੰਟ ਰੂਲ ਵੇਖਦੇ ਹਾਂ ਇਹ 1 ਜਾਂ 1 ਤੋਂ ਘੱਟ ਡਿਗਰੀ ਵਾਲੇ ਪੋਲੀਨੋਮੀਅਲ ਨੂੰ ਇੰਟੀਗ੍ਰੇਟ ਕਰਦਾ ਹੈ a, b ਅੰਤਰਾਲ ਨੂੰ ਬਰਾਬਰ ਭਾਗ ਵਾਲੇ ਉਪ ਅੰਤਰਾਲਾਂ ਵਿੱਚ ਵੰਡਦਾ ਹੈ x i ਤੋਂ ਦਿਖਾਏ ਗਏ ਹਰੇਕ ਅੰਤਰਾਲ ਦੇ ਵਿਚਲੇ ਜਾਂ ਮੱਧ ਬਿੰਦੂ ਨੂੰ ਲੱਭਦਾ ਹੈ ਅਸੀਂ ਹਰੇਕ ਵਿਚਲੇ ਜਾਂ ਮੱਧ ਬਿੰਦੂ ਤੇ ਇੰਟੀਗ੍ਰਲ ਦੀ ਵੈਲਿਊਜ਼ ਦੇ ਜੋੜ ਨੂੰ ਜਾਣਦੇ ਹਾਂ ਹੁਣ ਕੰਪੋਜ਼ਿਟ ਮਿਡਪੁਆਇੰਟ ਰੂਲ ਦੀ ਵਰਤੋਂ ਕਰਕੇ ਇਸ ਪ੍ਰਸ਼ਨ ਨੂੰ ਹੱਲ ਕਰਦੇ ਹਾਂ ਸਾਨੂੰ ਇੱਕ ਫੰਕਸ਼ਨ ਦਿੱਤਾ ਗਿਆ ਹੈ 0 ਵੱਲੋਂ 1.5 ਤੱਕ ਦੇ ਅੰਤਰਾਲ ਵਿੱਚ 1 - x² dx ਅਸੀਂ ਮੰਨਿਆ n = 20 ਹੁਣ ਕੰਪੋਜ਼ਿਟ ਮਿਡਪੁਆਇੰਟ ਰੂਲ ਲਈ ਕੋਡ ਵੇਖਦੇ ਹਾਂ ਪਹਿਲਾਂ ਅਸੀਂ ਪੈਰਾਮੀਟਰਸ f a b n ਦੇ ਨਾਲ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ f ਉਸ ਫੰਕਸ਼ਨ ਨੂੰ ਦਿਖਾਉਂਦਾ ਹੈ ਜਿਸ ਨੂੰ ਅਸੀਂ ਹੱਲ ਕਰਨਾ ਹੈ a ਇੰਟੀਗ੍ਰਲ ਦੀ ਲੋਅਰ ਲਿਮਿਟ ਹੈ b ਇੰਟੀਗ੍ਰਲ ਦੀ ਅਪਰ ਲਿਮਿਟ ਹੈ ਅਤੇ n ਅੰਤਰਾਲਾਂ ਦੀ ਗਿਣਤੀ ਹੈ ਅਸੀਂ ਹਰੇਕ ਅੰਤਰਾਲ ਦੇ ਵਿਚਲੇ ਜਾਂ ਮੱਧ ਬਿੰਦੂ ਨੂੰ ਜਾਣਦੇ ਹਾਂ ਹਰੇਕ ਵਿਚਲੇ ਜਾਂ ਮੱਧ ਬਿੰਦੂ ਤੇ ਇੰਟੀਗ੍ਰਲ ਦੀ ਵੈਲਿਊ ਨੂੰ ਜਾਣੋ ਅਤੇ ਫਿਰ ਉਸ ਦਾ ਜੋੜ ਪਤਾ ਕਰੋ ਅਤੇ ਇਸ ਨੂੰ i ਵਿੱਚ ਇਕੱਠਾ ਕਰੋ ਹੁਣ ਉਦਾਹਰਣ ਨੂੰ ਹੱਲ ਕਰਦੇ ਹਾਂ ਫਾਈਲ mid_composite.sci ਨੂੰ ਸੇਵ ਅਤੇ ਐਗਜ਼ੀਕਿਊਟ ਕਰੋ ਹੁਣ ਅਸੀਂ ਸਕਰੀਨ ਨੂੰ ਕਲੀਅਰ ਕਰਦੇ ਹਾਂ ਅਸੀਂ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਉਦਾਹਰਣ ਵਿੱਚ ਦਿੱਤੇ ਗਏ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ def ਬ੍ਰੈਕਟ ਖੋਲੋ ਸਿੰਗਲ ਕੋਟ ਵਿੱਚ ਸਕੁਆਇਰ ਬ੍ਰੈਕਟ ਖੋਲੋ y ਸਕੁਆਇਰ ਬ੍ਰੈਕਟ ਬੰਦ ਕਰੋ ਇਸ ਇਕੁਅਲ ਟੂ f ਆਫ x ਕੋਟ ਬੰਦ ਕਰੋ ਕੋਮਾ ਕੋਟ ਖੋਲੋ y ਇਸ ਇਕੁਅਲ ਟੂ 1 - x ਸਕੁਆਇਰ ਕੋਟ ਬੰਦ ਕਰੋ ਬ੍ਰੈਕਟ ਬੰਦ ਕਰੋ ਐਂਟਰ ਦਬਾਓ ਫਿਰ ਟਾਈਪ ਕਰੋ mid_composite ਬ੍ਰੈਕਟ ਖੋਲੋ f, 0, 1.5, v ਬ੍ਰੈਕਟ ਬੰਦ ਕਰੋ ਐਂਟਰ ਦਬਾਓ ਕੰਸੋਲ ਤੇ ਜਵਾਬ ਦਿਖਾਈ ਦਿੰਦਾ ਹੈ ਆਓ ਇਸ ਟਿਊਟੋਰੀਅਲ ਦਾ ਅੰਤ ਕਰੀਏ ਇਸ ਟਿਊਟੋਰੀਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ ਨਿਊਮੈਰੀਕਲ ਇੰਟੀਗ੍ਰੇਸ਼ਨ ਲਈ ਸਾਇਲੈਬ ਕੋਡ ਬਣਾਉਣਾ ਇੰਟੀਗ੍ਰਲ ਦੀ ਵੈਲਿਊ ਨੂੰ ਜਾਣਨਾ ਹੇਠਾਂ ਦਿਖਾਏ ਗਏ ਲਿੰਕ ਤੇ ਉਪਲਬਧ ਵੀਡੀਓ ਨੂੰ ਦੇਖੋ ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸੰਖੇਪ ਕਰਦਾ ਹੈ ਚੰਗੀ ਬੈਂਡਵਿਡਥ ਨਾ ਮਿਲਣ ਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ ਜ਼ਿਆਦਾ ਜਾਣਕਾਰੀ ਦੇ ਲਈ ਸਾਨੂੰ ਲਿਖੋ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ ਇਸ ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ
IIT Bombay ਤੋਂ ਹੁਣ ਨਵਦੀਪ ਨੂੰ ਜਾ ਸਕਦੇ ਹੋ ਸਾਡੇ ਨਾਲ ਜੁੜਨ ਲਈ ਧੰਨਵਾਦ